ਤੁਸੀਂ ਬੁਲਟਾਂ ਦੇ ਮਾਰਦੇ ਹੋ ਪਟਾਕੇ ਤਾਂ ਹੁਣ ਧਿਆਨ ਨਾਲ, ਹੁਣ ਪੁਲਿਸ ਪਟਾਕੇ ਪਵਾ ਰਹੀ ਹੈ ਅੱਗੇ ਤੇ, ਕਾਹਦਾ ਨਾਕੇ ਲਾ ਕੇ ਬੁਲਟ ਮੋਟਰਸਾਈਕਲ ਦੀ ਚੈਕਿੰਗ ਕੀਤੀ ਜਾ ਰਹੀ ਹੈ, ਜਿਨ੍ਹਾਂ ਸਲੰਸਰ ਫਟੇ ਹੋਏ ਹੈ ਜਾਂ ਪਟਾਕੇ ਮਾਰਦੇ ਫਿਰਦੇ ਆ, ਕਿਸੇ ਨੂੰ ਬਖਸ਼ਿਆ ਨਹੀਂ ਜਾ ਰਿਹਾ, ਨਾ ਹੀ ਕੋਈ ਸਿਫਾਰਿਸ਼ ਮੰਨੀ ਜਾ ਰਹੀ ਹੈ। ਇਸ ਦੌਰਾਨ ਜ਼ਿਲ੍ਹਾ ਰੋਪੜ ਦੇ SSP ਗੁਲੀ ਸਿੰਘ ਖੁਰਾਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੋਰਿੰਡਾ ਵਿਖੇ SHO ਸਿਟੀ ਸੁਨੀਲ ਕੁਮਾਰ ਵੱਲੋਂ ਨਾਕਾ ਲਾਇਆ ਗਿਆ ਤੇ ਕਈ ਮੋਟਰਸਾਈਕਲ ਬੰਦ ਕਰਕੇ ਥਾਣੇ ਵਿੱਚ ਲਿਜਾਏ ਗਏ। ਤੁਹਾਨੂੰ ਦਿਖਾਉਂਦੇ ਹਾਂ ਮੌਕੇ ਦੀਆਂ ਤਸਵੀਰਾਂ, ਕਿਸ ਤਰ੍ਹਾਂ ਪੁਲਿਸ ਬੁਲਟ ਦੇ ਪਟਾਕੇ ਪਾਉਣ ਵਾਲਿਆਂ ਦੇ ਪਟਾਕੇ ਪਵਾ ਰਹੀ ਹੈ। ਇਸੇ ਦੌਰਾਨ ਕੁਰਾਲੀ ਵਿਖੇ ਵੀ ਟ੍ਰੈਫਿਕ ਪੁਲਿਸ ਵੱਲੋਂ ਨਾਕੇ ਲਾ ਕੇ ਬੁਲਟ ਪਟਾਕੇ ਮਾਰਨ ਵਾਲਿਆਂ ਪਟਾਕੇ ਵਜਾਏ ਜਾ ਰਹੇ ਹਨ। ਤੁਹਾਨੂੰ ਸੁਣਾਉਂਦੇ ਹਾਂ ਕੀ ਕਰਨ SHO ਤੇ ਕੀ ਹੈ ਮੌਕੇ ਦੀਆਂ ਤਸਵੀਰਾਂ। ਗਣਤੰਤਰ ਦਿਵਸ ਜਿਹੜਾ ਆ ਰਿਹਾ ਉਹਦੇ ਰਿਗਾਰਡਿੰਗ ਅਸੀਂ ਜਿਹੜੀ ਹੈ ਨਾਕਾਬੰਦੀ ਜਿਹੜੀ ਕੀਤੀ ਹੋਈ ਹੈ ਵੱਖ ਵੱਖ ਥਾਵਾਂ 'ਤੇ ਵੱਖਰੇ ਵੱਖਰੇ ਟਾਈਮ 'ਤੇ, ਅਤੇ ਉਸੇ ਦੇ ਨਾਲ ਜਿਹੜੀ ਹੈ ਚੈਕਿੰਗ ਜਾ ਰਹੀ ਹੈ, ਚੈਕਿੰਗ ਕੀਤੀ ਜਾ ਰਹੀ ਹੈ, ਅਤੇ ਜਿਹੜੇ ਸ਼ਰਾਰਤੀ ਅਫਸਰ ਉਹਨਾਂ ਨੂੰ ਕਾਬੂ ਕੀਤਾ ਜਾ ਰਿਹਾ, ਉਹਨਾਂ ਜਿਵੇਂ ਬੁਲਟ ਮੋਟਰਸਾਈਕਲ ਵਾਲਾ ਉਹਨੂੰ ਜਿਹੜੇ ਪਟਾਕੇ ਵਗੈਰਾ ਮਾਰ ਰਹੇ ਹੈ, ਉਹ ਵੀ ਅਸੀਂ 4 ਤੋਂ 5 ਜਿਹੜੇ ਬੁਲਟ ਮੋਟਰਸਾਈਕਲ ਜਿਹੜੇ ਕਾਬੂ ਕਰਕੇ ਉਹਨਾਂ ਦੇ ਚਲਾਨ ਵੀ ਕੱਟੇ ਹੈ, ਅਤੇ ਹੋਰ ਬਾਕੀ ਜਿਹੜੀ ਹੈ ਚੈਕਿੰਗ ਜਿਹੜੀ ਹੈ ਲੰਬਾ ਸ਼ਹਿਰ ਜਾਰੀ ਹੈ। ਬਾਕੀ ਲੋਕਾਂ ਨੂੰ ਮੇਰੇ ਵੱਲੋਂ ਤਾਂ ਅਪੀਲ ਹੈ, ਜੇਕਰ ਕੋਈ ਵੀ ਕੋਈ ਸ਼ੱਕੀ ਵਿਅਕਤੀ ਜਾਂ ਸ਼ੱਕੀ ਵਸਤੂ ਆਸੇ ਪਾਸੇ ਕੋਈ ਤੁਹਾਨੂੰ ਦਿਖਦੀ ਹੈ ਤਾਂ ਉਹਦੀ ਜਿਹੜੀ ਰਿਗਾਰਡਿੰਗ ਸਾਨੂੰ ਥਾਣੇ ਦੇ ਵਿੱਚ ਇਨਫੋਰਮੇਸ਼ਨ ਜਿਹੜੀ ਹੈ ਜ਼ਰੂਰ ਦਿਓ। ਜਗਵਾਨ TV ਲਈ ਮੈਂ ਹਰੀਸ਼ ਬਠਲਾ, ਮੋਰਿੰਡਾ।